स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड गैल इतिहासक पिंड है दोस्तों घल्लू घारे नाल संबंधित जिहड़े पुराने समय दे विच घल्लू घारे दो होए आ सिख इतिहास दे विच उन्हां घल्लू घारियां दे नाल संबंधित पिंड है इतिहासक पिंड बरनाले जिले का नेड़े पिंड महल कलां माछी के इदां दे पिंड आस पास है दवाने पिंड भी नेड़ है ते इस घर च दूजी वीडियो बनाउन लगे हां। पहला एक झोटी बाई जी होरां ने अपनी वीडियो दे जरिए दोस्तों बेची सीगी चंगा रिस्पोंस मिलिया वधिया बाई जी होरां नूं लगा पशु एवें बेचना जिहड़ा सोशल मीडिया दे जरिए फायदेमंद लगा तां दुबारा फिर बाई जी होरां ने आपां नूं बुलाया। अज भी तुहानूं एक मझ विक्री वाली दिखाउणी है। खास गल जिहड़ी इस घर च मैनूं लगी वी इस घर दे विच पशु पालन दा बाई जी होरां नूं शौक है ते जिन्ने पशु है सारे ही वो दोस्तों मुरा नसल तो चंगे दुध वाले तो इन्हां दे विच भी एक खास गल होर आ वी घर दे कल्ले कणक दे दाणे ते ये पशु दुध दिंदे आ। कुछ पशुआं दा दुध जिहड़ा हो रिकॉर्ड भी हो चुका है सरकारी रिकॉर्ड ते कुछ पशु वैसे जिहड़े उह दोस्तों इन्हां कोल चंगे दुध ते चलदे आ। बनतरां इन्हां पशुआं दीआं इन्हां दे ढांचे थण हवाने भी दसदे आ वी मझां इह बहुत चंगे दुध वालियां। सो दोस्तों गल्लां बातां जरूर आपां कुछ इन्हां सारे पशुआं बारे कर लांगे हालांकि मेन वीडियो सामने मझ दी है। सो वीर नाल गल्लबात करिए। बई सत श्री अकाल। नाम दस्से अपना नाम गुरजीत। ठीक है गुरजीत भाई पशु पालन का तो फिर पहला तो ही शौक आपां नूं। हाँ जी हाँ जी पशु पालन का पहला तो। ठीक है अच्छा जिहड़े पशुआं दी थोड़ियां दी भाई सेहत बहुत सोहनी है चलो नसल तो सुधरी भी हैगी है ये पशु घरे बद्धे रहिंदे जां चरांत च भी जांदे खुले? पशु अपने जांदे आ जी चरांत च खुले। ठीक है सवेरे बग जांदे आ 9 बजे शाम नूं आउंदे 3 बजे शाम नूं आउंदे आ। अच्छा फिर ये बाहरों चर के आउंदे आ ते घरे आयां नूं फिर आपां फीड वगैरह पाउणे जां कल्ला कणक दा दाणा ही? बस फीड नहीं है कणक दा दाणा पाउणे आ कणक दे दाणे ते चोणे। ठीक है अच्छा जिहड़ी ये पहले नंबर ते झोटी खड़ी कहिंदे मां सूआ सूपी ਇਹ ਤੀਜਾ ਸੂਆ ਸੂਪੀ ਜੀ। ਤੀਜਾ ਸੂਆ ਠੀਕ ਹੈ ਕਿੰਨਾ ਚਿਰ ਹੋ ਗਿਆ ਬਈ ਅੱਜ ਸੂਈ ਨੂੰ? ਇਹਨੂੰ ਹੋ ਗਏ ਜੀ 11 12 ਦਿਨ ਸੂਈ ਨੂੰ। ਠੀਕ ਹੈ ਦੁੱਧ ਪਹਿਲੇ ਦੂਜੇ ਸੂਏ ਚ ਕਿੰਨਾ ਦਿੱਤਾ ਇਹਨੇ? ਆਪਣੇ ਕੋਲ ਜੀ ਇਹਨੇ 17 18 ਕਿਲੋ ਦੁੱਧ ਦਿੱਤਾ ਦੂਜੇ ਸੂਏ ਚ। ਦੂਜੇ ਸੂਏ ਠੀਕ ਹੈ ਐਤਕੀ ਹੁਣ 11 12 ਦਿਨਾਂ ਦੀ ਸੂਈ ਕਿੰਨਾ ਦੁੱਧ ਤਿਆਰ ਕਰ ਗਈ? ਇਸ ਟਾਈਮ ਹੈਗਾ ਜੀ 13 ਕਿਲੋ ਦੁੱਧ। 13 ਕਿਲੋ ਤਿਆਰ ਬੱਚਾ ਕੀ ਦਿੱਤਾ ਐਤਕੀ? ਬੱਚਾ ਕੱਟੀ ਹੈ ਜੀ ਨਵਾਬ ਦੀ ਆ ਖੜੀ ਕੋਲੇ ਨਵਾਬ ਸਾਹਿਬ ਦੀ। ਦੋਸਤੋ ਨਵਾਬ ਦੀ ਕੱਟੀ ਹੈ ਕਿਉਂਕਿ ਮੱਝ ਚੰਗੀ ਹੈ ਉਹਦੇ ਕਰਕੇ ਸਟਰਕਚਰ ਬੱਚਿਆਂ ਦਾ ਸ਼ੁਰੂ ਤੋਂ ਹੀ ਦੇਖ ਸਕਦੇ ਹੋ ਤੁਸੀਂ ਸੋਹਣੀ ਕੱਟੀ ਆਈ ਹੈ ਪੈਠਪੁੜੇ ਦੀ ਵੀ ਕਿਉਂਕਿ ਮੱਝ ਬਹੁਤ ਚੰਗੀ ਦਿੱਤੀ ਹੈ ਤੇ ਨਾਲ ਝੋਟਾ ਵੀ ਨਵਾਬ ਚੰਗਾ। ਅੱਛਾ ਇਹ ਆਪਾਂ ਵੇਚ ਸਕਦੇ ਹਾਂ ਮੱਝ ਜੇ ਕੋਈ ਵੀਰ ਗਾਹਕ ਹੋਵੇ ਜਾਂ ਇਹ ਰੱਖਣੀ ਹੈ? ਹਾਂਜੀ ਜੇ ਚੰਗੇ ਪੈਸੇ ਲੱਗਣਗੇ ਤਾਂ ਦੇ ਦਾਂਗੇ। ਖੋਲ ਕੇ ਤੋਰੇ ਉਹਨੂੰ? ਵੈਸੇ ਤਾਂ ਇਹ ਰੱਖੀ ਵੀ ਹੈ ਰੱਖੀ ਵੀ ਹੈ। ਠੀਕ ਹੈ ਦੋਸਤੋ ਜੇ ਚੰਗੇ ਪੈਸੇ ਮਿਲਣਗੇ ਤਾਂ ਬਾਈ ਵੇਚ ਦੂਗਾ ਪਰ ਇਹ ਮੱਝ ਵੈਸੇ ਜਿਹੜੀ ਉਹ ਘਰੇ ਰੱਖੀ ਵੀ ਹੈ ਬਹੁਤ ਸੋਹਣੇ ਢਾਂਚੇ ਦੀ ਜੇ ਤੁਸੀਂ ਇਹਦੀ ਪੈਠਪੁੜੇ ਦੀ ਬਣਾਵਟ ਦੇਖੋ ਤਾਂ ਉਹ ਵੀ ਬਹੁਤ ਚੰਗੀ ਥੋੜਾ ਜਿਹਾ ਮਾਮੂਲੀ ਜਿਹਾ ਦੋਸਤੋ ਇਹ ਬਹਿਣੀ ਵਾਲਾ ਪਾਸਾ ਉੱਚਾ ਰੱਖਦੀ ਹੈ 19-21 ਦਾ ਫਰਕ ਹੈ ਬਹੁਤਾ ਜ਼ਿਆਦਾ ਨਹੀਂ ਪਰ ਫਰਕ ਜ਼ਰੂਰ ਹੈਗਾ ਕਿਉਂਕਿ ਜੇ ਕੋਈ ਵੀਰ ਖਰੀਦਣ ਵਾਸਤੇ ਆਊਗਾ ਤਾਂ ਉਹਦੇ ਪਹਿਲਾਂ ਇਹ ਚੀਜ਼ ਧਿਆਨ 'ਚ ਹੋਣੀ ਚਾਹੀਦੀ ਹੈ। ਜੈੱਡ ਬਲੈਕ ਹੈ ਦੋਸਤੋ ਅਤੇ ਢਾਂਚਾ ਇਹਦਾ ਐਡਾ ਸੋਹਣਾ ਵੀ ਪਸੰਦ ਆਉਣ ਵਾਲੀ ਚੀਜ਼ ਆ ਹਰੇਕ ਵੀਰ ਨੂੰ ਕਿਉਂਕਿ ਇਹਨਾਂ ਦੀ ਸਿਹਤ ਇਹਨਾਂ ਪਸ਼ੂਆਂ ਦੀ ਜਿਹੜੀ ਬਣੀ ਵੀ ਉਹ ਖੁੱਲ੍ਹੀਆਂ ਚਰਾਂਦਾਂ ਕਰਕੇ ਆ ਠੋਸ ਬਾਡੀ ਦੇ ਹੈ ਇਹ ਨਹੀਂ ਵੀ ਇਹਨਾਂ ਦੇ ਉੱਤੇ ਕੋਈ ਫਾਲਤੂ ਚਮੜੀ ਹੈ ਕਿਉਂਕਿ ਸਾਰਾ ਦਿਨ ਫਿਰਤ ਕਰਕੇ ਆਉਣੀ ਹੈ ਪਸ਼ੂ ਨੇ ਤੋਰਾ ਫੇਰਾ ਕਰਨਾ ਉਹਦੇ ਕਰਕੇ ਇਹਨਾਂ ਦੇ ਉੱਤੇ ਜਿਹੜੀ ਉਹ ਵਾਜਬ ਜਿਹੜੀ ਉਹ ਚਮੜੀ ਹੈ ਥਣਾਂ 'ਚ ਬਿੱਥੀ ਦੇਖੋ ਤਾਂ ਲਗਭਗ 10 ਇੰਚ ਵਾਂਗੂ ਬਿੱਥੀ ਆਪਸ ਵਿੱਚ ਥਣਾਂ ਦੀ ਹੋਊਗੀ ਅੱਗੇ ਪਿੱਛੇ ਹਵਾਨਾ ਵੀ ਦੱਸਦਾ ਮੱਝਦਾ ਵੀ ਦੁੱਧ ਇਹ ਚੰਗਾ ਦਿੰਦੀ ਹੈ। ਸੋ ਸੋਹਣੇ ਢਾਂਚੇ ਦੀ ਝੋਟੀ ਹੈ ਇਹ ਇੱਕ ਇਦੋਂ ਅੱਗੇ ਮੱਝ ਜਿਹੜੀ ਵਿਕਾਊ ਹੈ ਬਾਈ ਜੀ ਹੋਰਾਂ ਕੋਲ ਇਸ ਟਾਈਮ ਬਾਈ ਜੀ ਇਹ ਮੱਝ ਕਿੰਨਵਾਂ ਸੂਆ? ਇਹਨੇ ਚੌਥਾ ਸੂਆ ਸੁਣਾ ਜੀ। ਚੌਥੇ ਸੂਏ ਨੇ ਸੁਣਾ? ਠੀਕ ਹੈ ਅੱਛਾ ਇਹਦਾ ਕੀ ਰਿਕਾਰਡ ਰਿਹਾ ਦੁੱਧ ਦਾ ਬਾਈ? ਇਹਦਾ ਦੁੱਧ ਚਵਾਈ ਹੋਈ ਹੋਈ ਹੈ ਜੀ ਬਲਾਕ ਲੈਵਲ ਤੇ। ਬਲਾਕ ਲੈਵਲ ਤੇ ਚਵਾਈ? ਠੀਕ ਹੈ ਕਿੰਨਾ ਦੁੱਧ ਦਿੱਤਾ? 12 ਕਿਲੋ 430 ਗ੍ਰਾਮ ਇਹਨੇ ਦੁੱਧ ਦਿੱਤਾ ਜੀ। ਇਹ ਬਲਾਕ ਲੈਵਲ ਦੀ ਚਵਾਈ ਹੈ? ਬਲਾਕ ਲੈਵਲ ਦੀ ਚਵਾਈ ਹੈ। ਠੀਕ ਹੈ ਪਿਛਲੇ ਸੂਏ ਚ ਤੀਜੇ ਸੂਏ ਚ ਬਾਈ? ਇਹਨੇ ਦੂਜੇ ਸੂਏ ਚ ਦਿੱਤਾ ਜੀ। ਦੂਜੇ ਸੂਏ ਵੈਸੇ ਉਂ ਵੀ ਇਹਨੂੰ 3 ਮਹੀਨਿਆਂ ਤੋਂ ਉੱਪਰ ਹੋ ਗਿਆ ਸੀ ਟਾਈਮ। 3 ਮਹੀਨੇ ਤੋਂ ਉੱਤੇ ਹੋ ਗਿਆ ਸੀ? ਹਾਂਜੀ ਉਹ ਤਾਂ ਡਾਕਟਰ ਸਾਹਿਬ ਨਾਲ ਆਪਣੀ ਹੈਗੀ ਆ ਵਧੀਆ ਲਿਹਾਜ਼। ਅੱਛਾ ਉਹਨਾਂ ਨੇ ਸਾਨੂੰ ਐਮ ਨਹੀਂ ਵੀ ਪਹਿਲਾਂ ਦੱਸਤਾ ਵੀ ਤਿਆਰੀ ਦਾਣਾ ਦੂਣਾ ਵੱਧ ਪਾ ਕੇ ਬੰਦਾ ਦੁੱਧ 2 ਕਿਲੋ ਹੋਰ ਵੀ ਵੱਧ ਕਢਾ ਦਿੰਦੇ। ਪਰ ਉਹਨਾਂ ਨੇ ਦੱਸੀ ਜਿਵੇਂ ਅੱਜ ਦੱਸਤਾ ਅਸੀਂ ਪਰਸੋਂ ਨੂੰ ਚੋਣ ਆਵਾਂਗੇ। ਠੀਕ ਹੈ ਵੈਸੇ ਦੁੱਧ ਦਾ ਰੂਟੀਨ ਚ ਕਿੰਨਾ ਕਰਿਆ? ਰੂਟੀਨ ਚ ਇਹ 20 ਕਿਲੋ ਦੁੱਧ ਤੇ ਜਾਂਦੀ ਹੈ ਜੀ ਪੀਕ ਤੇ। 20 ਕਿਲੋ ਪੀਕ ਲੈਵਲ ਦੇ ਦਿੰਦੀ। ਚੌਥਾ ਸੂਆ ਐਰਕੀ? 33 ਚੌਥਾ ਸੂਆ। ਕਿੰਨੇ ਦਿਨ ਲਊਗੀ ਇਹਦੇ? ਬਸ ਦਿਨ ਪੂਰੇ ਹੋ ਜਾਣੇ ਕੱਲ ਨੂੰ 6 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ। ਠੀਕ ਹੈ
ਤੇ ਉੱਪਰ ਇਹ ਲੈ ਜਾਂਦੀ ਹੈ ਤਕਰੀਬਨ ਹਫ਼ਤੇ ਵਾਂਗੂ ਹਫ਼ਤਾ ਕ ਹਜੇ ਲੈ ਜੂਗੀ ਠੀਕ ਹੈ ਅੱਛਾ ਸੀਮਨ ਕਿਹੜਾ ਲੱਗਾ ਇਹਦੇ ਸੀਮਨ ਇਹਦੇ ਦਾਰੇ ਦਾ ਲੱਗਿਆ ਵੀ ਲਕਸ਼ਮੀ ਡੇਰੀ ਫਾਰਮ ਵਾਲੇ ਦਾਰੇ ਦਾ ਹਾਂਜੀ ਠੀਕ ਹੈ ਇਹਦਾ ਰੇਟ ਕੀ ਰੱਖਿਆ ਵੀਰ ਇਹਦਾ ਰੇਟ ਆ ਸਵਾ ਦੋ ਲੱਖ ਰੁਪਏ ਦੋ ਲੱਖ ਪੱਚੀ ਹਜ਼ਾਰ ਖੋਲੀ ਬਾਈ ਨੂੰ ਦੋਸਤੋ ਬਹੁਤ ਵੱਡੀ ਮੱਝ ਆ ਦੋ ਲੱਖ ਤੇ ਪੱਚੀ ਹਜ਼ਾਰ ਡਿਮਾਂਡ ਹੈ ਕੁੰਡਾ ਸਿੰਘ ਹੈ ਥੋੜਾ ਜਿਹਾ ਮੋਟਾ ਸਿੰਘ ਜ਼ਰੂਰ ਹੈ ਚੌਥਾ ਸੂਆ ਮੱਝ ਨੇ ਸੁਣਿਆ ਤੇ ਸਰਕਾਰੀ ਚਵਾਈ ਇਹਦੀ ਹੋਈ ਵੀ ਹੈ ਰਿਕਾਰਡ ਇਹਦਾ ਦੋਸਤੋ ਸਰਟੀਫਿਕੇਟ ਦੇ ਤੌਰ ਤੇ ਬਾਈ ਜੀ ਹੋਰਾਂ ਕੋਲ ਇਸ ਟਾਈਮ ਹੈਗਾ ਕੋਈ ਇਕੱਲਾ ਮੂੰਹ ਜਵਾਨੀ ਕਹਿਣ ਵਾਲੀ ਗੱਲ ਨਹੀਂ ਕਿ ਸਰਟੀਫਿਕੇਟ ਤੁਹਾਨੂੰ ਬਾਈ ਕੋਲ ਦੇਖਣ ਨੂੰ ਮਿਲ ਜੂਗਾ ਦਾਰੇ ਦਾ ਸੀਮਨ ਲੱਗਾ ਐਰਕੀ ਲਕਸ਼ਮੀ ਡੇਅਰੀ ਫਾਰਮ ਵਾਲੇ ਬੋਲਦਾ ਸਾਰੀਆਂ ਮੱਝਾਂ ਇਸ ਲਈ ਦਿਖਾਤੀਆਂ ਵੀ ਇਸ ਵੀਰ ਕੋਲ ਪੁਰਾਣਾ ਹੀ ਰਵਾ ਹੈ ਬਹੁਤ ਚੰਗੀਆਂ ਮੱਝਾਂ ਬਾਈ ਕੋਲ ਘਰੇ ਰੱਖੀਆਂ ਹੋਈਆਂ ਪਵਾਨਾ ਦੋਸਤੋ ਬਹੁਤ ਤਕੜਾ ਤਿਆਰ ਕਰਦੀ ਹੁੰਦੀ ਹਜੇ ਹਫ਼ਤਾ ਮੱਝ ਨੇ ਲੈਣਾ ਸੂਨ ਦੇ ਵਿੱਚ ਇੱਥੋਂ ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਹੈ ਥੱਲੇ ਨੂੰ ਪਤਲਾ ਥਣ ਹੈ ਦੋਸਤੋ ਅਤੇ ਹਵਾਨੇ ਦੇ ਉੱਤੇ ਨਾੜਾਂ ਜੇ ਦੇਖੋ ਤਾਂ ਉਹ ਵੀ ਬਹੁਤ ਜ਼ਿਆਦਾ ਅਤੇ ਢਿੱਲ ਹਜੇ ਐਚ ਐਫ ਗਾਵਾਂ ਵਾਂਗੂ ਤੁਹਾਨੂੰ ਮਹਿਸੂਸ ਹੋਊਗੀ ਇਹਦੇ ਹਵਾਨੇ ਦੇ ਉੱਤੇ ਇਸ ਸਾਈਡ ਤੋਂ ਵੀ ਜੇ ਤੁਹਾਨੂੰ ਹਵਾਨਾ ਦਿਖਾਵਾਂ ਥਣ ਦਿਖਾਵਾਂ ਤਾਂ ਉਹ ਵੀ ਬਹੁਤ ਸੋਹਣੇ ਬਹੁਤ ਸੋਹਣਾ ਥਣ ਦਾ ਸਾਈਜ਼ ਅਤੇ ਹਵਾਨੇ ਅਤੇ ਨਾੜਾਂ ਦੋਸਤੋ ਦੋਨਾਂ ਪਾਸਿਆਂ ਤੋਂ ਸੇਮ ਆ ਹਵਾਨਾ ਅੱਗੇ ਨੂੰ ਵੀ ਚੰਗਾ ਰੱਖਦੀ ਲੱਗਦੀ ਹੈ ਅਤੇ ਬਾਕੀ ਹਜੇ ਹਫ਼ਤਾ ਲੈ ਜੂ ਤਾਂ ਪਛਾਣ ਨੂੰ ਵੀ ਹਵਾਨਾ ਚੰਗਾ ਕੱਢੂਗੀ ਕੱਦ ਕਾਠ ਵੀ ਮੱਝ ਦਾ ਬਹੁਤ ਹੈ ਅਤੇ ਉੱਤੋਂ ਚੜਾਈ ਜੇ ਦੇਖੀਏ ਤਾਂ ਉਹ ਵੀ ਚੰਗੀ ਹੈ ਖੜੀ ਨਾਲ ਵੀਰੇ ਕੱਦ ਦੋਸਤੋ ਬਾਈ ਨਾਲ ਖੜਦਾ ਅਤੇ ਤੁਸੀਂ ਜ਼ਰੂਰ ਨੋਟ ਕਰ ਲਿਓ ਚੰਗਾ ਕੱਦ ਇਸ ਮੱਝ ਦਾ ਹੈਗਾ ਵੱਡੇ ਢਾਂਚੇ ਦੀ ਮੱਝ ਹੈ ਸੋ ਹਰੇਕ ਪੱਖ ਤੋਂ ਸੋਹਣੀ ਸਵਾ ਦੋ ਲੱਖ ਰੁਪਈਆ ਬਾਈ ਨੇ ਮੁੱਲ ਰੱਖਿਆ ਕੋਸੇ ਦੇ ਚੋਂ ਕੱਟ ਜੂਗਾ ਮੌਕੇ 'ਤੇ ਅੱਗੇ ਚਾਰ ਝੋਟੀਆਂ ਬਾਈ ਕੋਲ ਇਹਨਾਂ ਬਾਰੇ ਥੋੜ੍ਹੀ ਥੋੜ੍ਹੀ ਜਾਣਕਾਰੀ ਲੈ ਲੈਂਦੇ ਹਾਂ ਬਈ ਇਹ ਚਾਰੇ ਅੰਦਾਜ਼ਾ ਜਿਹੜਾ ਉਮਰ ਇਹਨਾਂ ਦੀ ਦੰਦੋ ਕਿਵੇਂ ਹੈ ਇਹ ਜੀ ਸਾਰੀਆਂ ਹੀ ਦੋ ਦੰਦ ਆ ਸਾਰੀਆਂ ਦੋ ਦੰਦ ਹੈ ਠੀਕ ਹੈ ਤੇ ਮਹੀਨੇ ਤੋਂ ਉੱਪਰ ਇਹਨਾਂ ਨੂੰ ਚਾਰਾਂ ਨੂੰ ਹੀ ਹੋ ਗਿਆ ਟਾਈਮ ਠੀਕ ਹੈ ਜੀ 10 12 ਦਿਨਾਂ ਦੇ ਵਿੱਚ ਚਾਰੇ ਕ੍ਰੋਸ ਹੋਈਆਂ ਨੇ ਅੱਛਾ ਝੋਟੇ ਤੋਂ ਬਣਾਈਆਂ ਜਾਂ ਸੀਮਨ ਲੱਗਾ ਝੋਟੇ ਤੋਂ ਹੋਈਆਂ ਨੇ ਝੋਟੇ ਤੋਂ ਕ੍ਰੋਸ ਕਰਾਈਆਂ ਹੋਈਆਂ ਠੀਕ ਹੈ ਤੇ ਚਾਰਾਂ ਚੋਂ ਜੇ ਕੋਈ ਵੀ ਖਰੀਦਣੀ ਚਾਹੇ ਤਾਂ ਵੇਚ ਦਿਆਂਗੇ ਹਾਂਜੀ ਜੇ ਚੰਗੇ ਪੈਸੇ ਲੱਗਦੇ ਹੋਏ ਤਾਂ ਵੇਚ ਦਾਂਗੇ ਰੇਟ ਵੈਸੇ ਨਹੀਂ ਦੱਸਦੇ ਨਹੀਂ ਰੇਟ ਕੋਈ ਨਹੀਂਗਾ ਜੀ ਜੇ ਪੈਸੇ ਲਾਓ ਚੰਗੇ ਦੇ ਦਾਂਗੇ ਠੀਕ ਹੈ ਨਹੀਂ ਫਿਰ ਸੂਨ ਤੇ ਆਏਗੇ ਠੀਕ ਹੈ ਦੋਸਤੋ ਜਿਹੜੀ ਝੋਟੀ ਤੁਹਾਨੂੰ ਚੰਗੀ ਲੱਗੇ ਰੇਟ ਤੁਸੀਂ ਬਾਈ ਤੋਂ ਉਹਦਾ ਫੋਨ ਦੇ ਉੱਤੇ ਕਰਾ ਲਓ ਜੇ ਸੋਹਣੀਆਂ ਝੋਟੀਆਂ ਕੱਦ ਚਾਰਾਂ ਦੀ ਚੰਗੇ ਆ ਤੁਹਾਨੂੰ ਇਧਰੋਂ ਵੀ ਦਿਖਾ ਦਿੰਦਾ ਦੋਸਤੋ ਸੋਹਣੇ ਸਿੰਘ ਆ ਬਿਲਕੁਲ ਕੁੰਡੇ ਇੱਕ ਝੋਟੀ ਦੇ ਮੱਥੇ 'ਚ ਬਲ ਹੈਗਾ ਬਾਕੀ ਕਾਲੀਆਂ ਹੀ ਹੈ ਸੋ ਉਹ ਤੁਸੀਂ ਝੋਟੀਆਂ ਦੇਖ ਸਕਦੇ ਹੋ ਸੋਹਣੇ ਸਿੰਘਾਂ ਦੀਆਂ ਕਿਉਂਕਿ ਇਹ ਤੁਸੀਂ ਇਹਨਾਂ ਦੇ ਸਿੰਘ ਵੀ ਜੇ ਦੇਖੋ ਤਾਂ ਤੁਸੀਂ ਧਿਆਨ 'ਚ ਲਿਆਊਗਾ ਤੁਹਾਡੇ ਜਿਹੜੀਆਂ ਮੱਝਾਂ ਦਿਖਾਈਆਂ ਉਹਨਾਂ ਦੇ ਵੀ ਸਿੰਘ ਇਸੇ ਤਰ੍ਹਾਂ ਦੇ ਆ ਸੋ ਹਾਂ ਥਣ ਦਿਖਾ ਦਿੰਦੇ ਹਾਂ ਬਾਈ ਇੱਕ ਆਹ ਝੋਟੀ ਤੋਰੀ ਬਾਈ ਦੱਸੋ ਇੱਕ ਝੋਟੀ ਹੋਰ ਬਹੁਤ ਸੋਹਣੇ ਢਾਂਚੇ ਦੀ ਹੈ ਥੋੜ੍ਹੀ ਜਿਹੀ ਤੋਰ ਕੇ ਵੀ ਤੁਹਾਨੂੰ ਦਿਖਾ ਦਿੰਦੇ ਇਹ ਆਪਣੀਆਂ ਮੱਝਾਂ ਨੇ ਗਈਆਂ ਵੀਰੇ ਸਾਰੀਆਂ ਡਾਇਰੈਕਟ ਕ੍ਰੋਸ ਕਰਾਈ ਨੂੰ ਪਰ ਹਜੇ ਚੈੱਕ ਪਾਸ ਚ ਨਹੀਂ ਆਉਂਦੀ ਇਸੇ ਤਰ੍ਹਾਂ ਕੋਈ ਵੀਰ ਖਰੀਦਣੀ ਚਾਹੇ ਤਾਂ ਬਾਈ ਤੁਹਾਨੂੰ ਇਹ ਸੇਲ ਇਹ ਕਰ ਦੇਣਗੇ ਖੁੱਲੀ ਚਰਾਂਦ ਦਾ ਇਹ ਫਰਕ ਆ ਦੋਸਤੋ ਢਾਂਚਿਆਂ ਦਾ ਇਹ ਫਰਕ ਪੈਂਦਾ ਜਦੋਂ ਪਸ਼ੂ ਚਰਾਂਦਾਂ ਦੇ ਵਿੱਚ ਚਰ ਕੇ ਆਉਂਦੇ ਉਹਨਾਂ ਦੇ ਢਾਂਚੇ ਬਹੁਤ ਖੁੱਲ੍ਹੇ ਹੋ ਜਾਂਦੇ ਆ ਜੇ ਪੋਸੀਬਲ ਹੈ ਤਾਂ ਖੁੱਲ੍ਹੀ ਜਗ੍ਹਾ ਦਿਓ ਪਸ਼ੂਆਂ ਨੂੰ ਤਾਂ ਕਿ ਉਹ ਖੁੱਲ੍ਹਾ ਤੁਰ ਫਿਰ ਸਕਣ ਦੋ ਕੱਟੀਆਂ ਇੱਧਰ ਅੰਦਰ ਬਾਈ ਨੇ ਹੋਰ ਰੱਖੀਆਂ ਹੋਈਆਂ ਇਹ ਵੀ ਬਾਈ ਸੇਲ ਕਰ ਦਿਆਂਗੇ ਜੇ ਕੋਈ ਗਾਹਕ ਆਉਂਦਾ ਤਾਂ ਕਿ ਇਹ ਰੱਖਣ ਦਾ ਇਰਾਦਾ ਵੈਸੇ ਇਹ ਤਾਂ ਵੈਸੇ ਰੱਖਣ ਦਾ ਇਰਾਦਾ ਹੀ ਹੈ ਜੀ ਠੀਕ ਹੈ ਦੋਸਤੋ ਆਹ ਕੱਟੀ ਦੇ ਥਣ ਜ਼ਰੂਰ ਦਿਖਾਉਣੇ ਆ ਪਹਿਲਾਂ ਹੀ ਬਾਈ ਨੇ ਦੱਸਤਾ ਸੀ ਸ਼ੁਰੂ ਤੋਂ ਬੱਚੇ ਦੀ ਤਿਆਰੀ ਦਿਖਾਉਣਾ ਕਿੱਦਾਂ ਥਣ ਜਿਹੜੇ ਉਹ ਦੱਸਦੇ ਆ ਵੀ ਇਹ ਕੱਟੀ ਜਿਹੜੀ ਉਹ ਚੰਗੇ ਦੁੱਧ ਵਾਲੀ ਨਿਕਲਣੀ ਹੈ ਦੇਖ ਸਕਦੇ ਹੋ ਤੁਸੀਂ ਇਹ ਵੈਸੇ ਘਰੇ ਰੱਖੀਆਂ ਹੋਈਆਂ ਕੱਟੀਆਂ ਦੋ ਅਤੇ ਇੱਕ ਝੋਟੀ ਹੋਰ ਇਹ ਵੀ ਘਰੇ ਰੱਖੀ ਹੈ ਇਹਦਾ ਕੀ ਰਿਕਾਰਡ ਆ ਬਾਈ ਝੋਟੀ ਦਾ ਇਹ ਵੀਰ ਜੀ ਤੀਜੇ ਸੂਏ ਸੂਆ ਇੱਕ ਠੀਕ ਹੈ ਦੂਜੇ ਸੂਏ ਨੇ 20 ਪਲੱਸ ਤੋਂ ਦਿੱਤਾ ਠੀਕ ਹੈ ਇਹਦੀ ਚਵਾਈ ਹੋਈ ਹੈ ਕਿਤੇ ਕਿ ਨਹੀਂ ਇਹਦੀ ਚਵਾਈ ਨਹੀਂ ਹੋਈ ਜੀ ਇਹ ਇੱਕ ਤੀ ਪੁੱਛਿਆ ਸੀ ਡਾਕਟਰ ਸਾਹਿਬ ਨੂੰ ਉਹ ਕਹਿੰਦੇ ਵੀ ਕਰੋਨਾ ਦੇ ਕਾਰਨ ਵੀ ਹੈ ਨਹੀਂ ਗਈ ਇੱਥੇ ਚਵਾਈ ਕੋਈ ਆਈ ਨਹੀਂ ਠੀਕ ਹੈ ਹੁਣ ਕਿੰਨਾ ਚਿਰ ਰਹਿ ਗਿਆ ਦੱਸੋ ਹੁਣ ਤਾਂ ਇੱਕ ਮਹੀਨਾ ਰਹਿ ਗਿਆ ਜੀ ਇਹ ਤਾਂ ਨਹੀਂ ਸੇਲ ਕਰਨੀ ਨਹੀਂ ਇਹ ਨਹੀਂ ਬੇਟੀ ਖੋਲੀ ਇਹਨੂੰ ਬਈ ਦੋਸਤੋ ਇਹ ਸੇਲ ਨਹੀਂ ਕਰਨੀ ਇੱਕ ਮਹੀਨਾ ਰਹਿ ਗਿਆ ਅਤੇ ਦੂਜੇ ਸੂਏ 20 ਪਲੱਸ ਦੁੱਧ ਦੇ ਗਈ ਸੀ ਤੀਜੇ ਸੂਏ ਸੋਨਾ ਪਰ ਇਹ ਵੇਚਣੀ ਨਹੀਂ ਗਈ ਇਹਦੀ ਚਵਾਈ ਨਹੀਂ ਹੋਈ ਪਰ ਇਸ ਵਾਰ ਬਾਈ ਦੱਸਦਾ ਵੀ ਜ਼ਰੂਰ ਜੇ ਸਰਕਾਰੀ ਜਿਹੜੀਆਂ ਬਲਾਕ ਲੈਵਲ ਦੀ ਮਿਲਕਿੰਗ ਹੁੰਦੀ ਹੈ ਤਾਂ ਜ਼ਰੂਰ ਬਾਈ ਇਹਦੀ ਚਵਾਈ ਕਰਾਊਗਾ ਬਹੁਤ ਸੋਹਣੀ ਝੋਟੀ ਹੈ ਵੀ ਤੁਸੀਂ ਇਹਦਾ ਢਾਂਚਾ ਵੀ ਦੇਖ ਸਕਦੇ ਹੋ ਇਹ ਇਹਨਾਂ ਦੂਜੀਆਂ ਮੱਝਾਂ ਦੇ ਨਾਲੋਂ ਵੀ ਜਿਹੜਾ ਉਹ ਉੱਚੀ ਲੰਬੀ ਚੌੜੀ ਮੱਝ ਹੈ
सो ये पशु देख के थोड़ा जरूर माण खुश होया होगा। जिहड़ा वीर खरीदना चाहे जरूर मज खरीद सकते हो जिन्हें पैसे चंगे लाने। अदरवाइज जे कोई शकीन वीर वीडियो देख रहा जिन्हें पशु पालन का काम करना है तो उन्होंने जरूर बेनती है भी मझा भी कोशिश करिए खुला थान जे पॉसीबल है तो देगी भावें खुलियाँ थोड़ा बहुत तोरा फेरा कर ढांचे जोड़े बदलन गए इदा दिन मझा तैयार हो शौक जे रखना दोस्तों पशु सामभने तो वीर वगू सामभे जान पशु चंगे पशु घर चाहन ताकि दुध के नालों जो कि पशु सेल करिए उदों भी प्रॉफिट हो। सो बहुत धन्यवाद वीडियो देखने लई नंबर बाई का स्क्रीन उत्ते है पशु थोनों सारे दिखाते हैं इन्हों चो जो कोई तुम झोटी खरीदनी हो जे कोई मझ खरीदनी है तो भी कॉल कर सकते हो। धन्यवाद दोस्तों।